ਸ਼ੁਰੂ ਹੋ ਬਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵੀਰੋ, ਆ ਜਿਹੜਾ ਪਰਸੋਂ ਦਾ ਮੁੱਦਾ ਛਿੜਿਆ ਹੋਇਆ, ਮੈਂ ਉਹਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। ਠੀਕ ਹੈ, ਜੋ ਮੁੱਦਾ ਮਾਨ ਸਾਹਿਬ ਦਾ ਅਤੇ ਬਾਹਰਲੇ ਪੰਜਾਬੀ ਵੀਰਾਂ ਦਾ, ਮੰਨਦੇ ਹੈ, ਹੋ ਸਕਦੀ ਇਨਸਾਨ ਹੈ, ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ। ਪਹਿਲੀ ਗੱਲ ਤਾਂ ਸਾਡੇ ਮੁਤਾਬਕ ਤਾਂ ਮਾਨ ਸਾਹਿਬ ਨੇ ਕੋਈ ਗਲਤੀ ਕੀਤੀ ਨਹੀਂ। ਜੇ ਕੀਤੀ ਹੈ, ਤੁਹਾਨੂੰ ਲੱਗਦਾ ਕੀਤੀ ਹੈ, ਉਹ ਇੱਕ ਟੇਬਲ 'ਤੇ ਬਹਿ ਕੇ ਵੀ ਗੱਲ ਕੀਤੀ ਜਾ ਸਕਦੀ ਸੀ। ਕੋਈ ਜ਼ਰੂਰੀ ਤਾਂ ਨਹੀਂ ਆਪਾਂ ਹੱਲਾ ਗੁੱਲਾ ਪਾ ਕੇ ਹੀ। ਜਿਹੜੀ ਤੁਸੀਂ ਪੰਜਾਬੀ ਦੀ ਗੱਲ ਕਰ ਰਹੇ ਹੋ, ਫਿਰ ਤੁਸੀਂ ਬਾਹਰ ਤਖਤੀਆਂ ਫੜੀਆਂ, ਉਹਨਾਂ ਵਿੱਚ ਵੀ ਅੱਧੀ ਇੰਗਲਿਸ਼ ਲਿਖ ਕੇ ਤੁਸੀਂ ਉਹਦੀ ਵਿਰੋਧ ਕਰ ਰਹੇ ਹੋ। ਤੁਸੀਂ ਇੱਕ ਫਿਰ ਉਹਨੂੰ ਕਹਿ ਰਹੇ ਹੋ, ਬੜੇ ਪੱਤਰਕਾਰ ਕਹਿ ਰਹੇ ਆ, ਸੱਜਣ ਕਹਿ ਰਹੇ ਆ, ਇਹਦੇ ਮਗਰ ਜੀ RSS ਜਾਂ ਕੋਈ ਹੋਰ ਪਾਰਟੀ, ਇਹ ਦਾਅਵੇ ਨਾਲ ਕਹਿੰਦੇ ਬਾਈ ਜੀ ਇਹ ਬੰਦਾ ਰਾਜਨੀਤੀ ਵਾਲਾ ਹੈ ਨਹੀਂ। ਰਾਜਨੀਤੀ ਕਰਨੀ ਹੁੰਦੀ ਬੜੀ ਦੇਰ ਪਹਿਲਾਂ ਕਰ ਚੁੱਕੇ ਹੁੰਦੇ, ਬੜੀਆਂ ਪਾਰਟੀਆਂ ਦੀਆਂ ਆਫਰ ਆਈਆਂ, ਬੜਾ ਕੁਛ ਆਇਆ। ਇਸ ਗੱਲ ਨੂੰ ਤੁਸੀਂ ਸਾਈਡ 'ਤੇ ਛੱਡ ਦਿਓ, ਚੈਨਲ ਵਾਲਿਓ, ਮੈਂ ਤੁਹਾਡੇ ਮੂਹਰੇ ਹੱਥ ਬੰਨ੍ਹ ਕੇ, ਸਾਰੇ ਜੋ ਵੀ ਜਿੰਨੇ ਵੀ ਪੱਤਰਕਾਰ ਵੀਰ ਆ, ਚੈਨਲ ਵਾਲੇ ਆ, ਮਸਾਲਾ ਨਾ ਲਾਓ, ਗੱਲ ਨੂੰ ਵਧਾਓ ਨਾ। ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ, ਗੱਲ ਉਨੀ ਪੇਸ਼ ਕਰੋ ਜਿੰਨੀ ਹੈ, ਭਲਾ ਉਹ ਪੰਜਾਬੀ ਬਾਹਰਲੇ ਵੀਰਾਂ ਦੀ ਆ, ਭਲਾ ਮਾਨ ਸਾਹਿਬ ਦੀ ਹੈ। ਕੱਲ੍ਹ ਵੀ ਮੈਂ ਵੇਖਿਆ ਕਲਿੱਪਾਂ ਕੱਟ ਕੱਟ ਕੇ ਪਾਈਆਂ ਹੋਈਆਂ, ਮਾਨ ਸਾਹਿਬ ਨੇ ਪੰਗਾ ਲਿਆ ਸੀ। ਐਡਮਿੰਟਨ ਦੇ ਵਿੱਚ ਸ਼ੋਅ ਸੀ ਕੱਲ੍ਹ, ਇੱਕ ਸਰਦਾਰ ਵੀਰ ਉੱਠਿਆ, ਉਹਨੇ ਸਵਾਲ ਕੀਤਾ, ਮਾਨ ਸਾਹਿਬ ਨੇ ਉਹਦੇ ਜਵਾਬ 'ਚ ਸ਼ੁਰੂ ਕੀਤਾ ਵੀ ਮੇਰੇ ਅੰਦਰ ਵੀ ਇਨਸਾਨ ਹੈ, ਦਾਤਾ ਮੈਨੂੰ ਸਮਰਥ ਬਖਸ਼। ਉਹ ਵੀਰ ਨੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਇੱਕ ਫੇਮਸ ਹੋਣ ਵਾਸਤੇ, ਕਾਹਦੇ ਲਈ, ਚਲੋ ਤੂੰ ਬਣਾ, ਚੁੱਪ ਕਰਕੇ ਉਹਨਾਂ ਨੂੰ ਉਕਸਾਓ ਤਾਂ ਨਾ, ਠੀਕ ਹੈ। ਫਿਰ ਤੁਸੀਂ ਬਾਹਰ ਆ ਕੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਰਹੇ ਹੋ, ਜਿਹੜੇ ਟੌਪਿਕ 'ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। ਉਹ ਯਾਰ, ਮਾਵਾਂ ਭੈਣਾਂ ਦਾ ਕੀ ਕਸੂਰ ਹੈ, ਦੱਸੋ ਕੀ ਕਸੂਰ ਆ? ਤੁਸੀਂ ਉਹਨੂੰ ਕੋਈ ਮੁਸਲਾ ਦੱਸ ਰਿਹਾ, ਕੋਈ ਮਾਂ ਪਰਖ ਰਿਹਾ, ਕੋਈ ਭੈਣ ਪਰਖ ਰਿਹਾ, ਜਿਹੜੀ ਅੱਜ ਦੁਨੀਆ 'ਚ ਉਹਦੇ ਮਾਂ ਪਿਓ ਹੈ ਨਹੀਂ, ਤੁਸੀਂ ਉਹਨਾਂ ਬਾਰੇ ਐਡੇ ਐਡੇ ਭੱਦੇ ਸ਼ਬਦ ਬੋਲ ਰਹੇ ਹੋ? ਉਹਦੇ ਨਾਲ ਤੁਸੀਂ ਬਹਿ ਕੇ ਗੱਲ ਕਰੋ, ਉਹ ਤੋਂ ਟਾਈਮ ਲਓ ਤੁਸੀਂ ਇੱਥੇ ਸਰ ਗੱਲ ਤੋਂ। ਉਹ ਯਾਰ, 40 ਸਾਲ ਬੰਦੇ ਦੀ ਤਪੱਸਿਆ ਕੀਤੀ ਇੰਨੀ, ਤੁਸੀਂ ਇੱਕ ਮਿੰਟ ਦੇ ਵਿੱਚ ਮਿੱਟੀ ਕਰੀ ਜਾਂਦੇ ਹੋ? ਕੀ ਕਿਹੜੇ 'ਤੇ, ਕਿਹੜੇ ਟੌਪਿਕ 'ਤੇ ਨਹੀਂ ਬਾਈ ਜੀ ਨੇ ਗਾਇਆ, ਮੈਨੂੰ ਦੱਸੋ। ਮਾਪਿਆਂ 'ਤੇ ਗਾਇਆ, ਸਰਬੰਸ ਦਾਨੀਆਂ ਕੌਣ ਦਿਓ ਤੇਰਾ ਦਿਨ, ਪੰਜਾਬੀ ਏ ਜਵਾਨੇ ਰਕਾਨੇ ਮੇਰੇ ਦੇਸ਼ ਦੀ ਏ, ਜਿਹੜੇ ਮੁਲਕ ਦਾ ਖਾਈਏ ਉਹ ਮੰਦਾ ਨਹੀਂ ਬੋਲੀ ਦਾ, ਕਿਹੜੇ ਕਿਹੜੇ ਤੁਹਾਨੂੰ ਗੁਨਾਵਾਂ ਜੋ ਪੰਜਾਬੀ ਬੋਲੀ ਦੇ ਉਹਨੇ ਝੋਲੀ ਵਿੱਚ ਪਾਏ ਆ? ਬਾਈ ਜੀ, ਇਸ ਤਰ੍ਹਾਂ ਨਾ ਕਰੋ, ਆਰਾਮ ਨਾਲ ਬਹਿ ਕੇ। ਹਾਂ, ਇੱਕ ਮੈਂ ਗੱਲ ਹੋਰ ਕਰਨੀ ਚਾਹੁੰਦਾ, ਜਿਹੜਾ ਆਪਾਂ ਕਹਿ ਰਹੇ ਹਾਂ, ਬਹੁਤ ਦਾੜੇ ਪ੍ਰਕਾਸ਼ ਆ ਲੋਕਾਂ ਦੇ, ਬਾਹਰ ਖੜ੍ਹੇ ਮੈਂ ਵੇਖੇ ਆ, ਬਾਈ ਜੀ ਗੁਰੂ ਦੇ ਸਿੰਘ ਗਾਲਾਂ ਨਹੀਂ ਕੱਢਦੇ ਗੇ, ਠੀਕ ਹੈ। ਤੁਸੀਂ ਗੱਲ ਕਰੋ, ਸਿੱਖੀ ਦੇ ਵਿੱਚ ਮੈਨੂੰ ਇਹ ਦੱਸ ਦਿਓ, ਠੀਕ ਹੈ, ਕਿਹੜੀ ਜਗ੍ਹਾ 'ਤੇ ਗਾਲ ਲਿਖੀ ਹੈ, ਗਾਲ ਕੱਢਣੀ ਕਿਸੇ ਨੂੰ? ਗੁਰੂ ਦੇ ਸਿੱਖ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ। ਫਿਰ ਕਿਹੜੀਆਂ ਕਿਹੜੀਆਂ ਮੈਂ ਤੁਹਾਡੇ ਨਾਲ ਗੱਲਾਂ ਕਰਾਂ? ਸਾਨੂੰ ਹਾਲਾਂਕਿ ਬਾਈ ਨੇ ਰੋਕਿਆ ਗਿਆ ਵੀ ਤੁਸੀਂ ਕੋਈ ਜਵਾਬ ਦੇ ਨਹੀਂ ਦੇਣੀ, ਜੇ ਅਸੀਂ ਦੇ ਰਹੇ ਹਾਂ ਤਾਂ ਆਪਣੇ ਆਪ ਦੇ ਬਲਬੂਤੇ ਦੇ ਉੱਤੋਂ ਨਹੀਂ ਹੋ ਕੇ ਦੇ ਰਹੇ ਹਾਂ, ਸਾਨੂੰ ਕਿਸੇ ਦਾ ਫੋਨ ਨਹੀਂ ਆਇਆ, ਕਿਸੇ ਦਾ ਕੁਛ ਨਹੀਂ, ਹਾਲਾਂਕਿ ਸਾਨੂੰ ਤਾਂ ਰੋਕਿਆ ਜਾ ਰਿਹਾ, ਪਰ ਸਾਡੀ ਬਰਦਾਸ਼ਤ ਸ਼ਕਤੀ ਵੀਰ ਜੀ ਖਤਮ ਹੋ ਗਈ ਹੈ, ਠੀਕ ਹੈ। ਕਈ ਹੁਣ ਚੈਨਲਾਂ ਵਾਲੇ ਆ ਜਿਨ੍ਹਾਂ ਨੇ ਆਪਦੇ ਯੂਟਿਊਬ ਚੈਨਲ ਸ਼ੁਰੂ ਕੀਤੇ ਆ, ਉਹ ਗਾਲਾਂ ਕੱਢ ਕੱਢ ਕੇ ਆਪਦਾ ਫੇਮਸ ਹੋਈ ਜਾ ਰਹੇ ਆ। ਕਈ ਸਿੰਗਰ ਹੈ, ਠੀਕ ਹੈ, ਜਿਹੜੇ ਕੱਲ੍ਹ ਤੱਕਨ ਬਾਈ ਜੀ ਨੂੰ ਪੂਜਦੇ ਸੀ, ਮੈਂ ਵੇਖਦਾ ਆ ਰਿਹਾ ਪਰਸੋਂ ਦਾ, ਉਹ ਵੀ ਨਿੰਦੀ ਜਾ ਰਹੇ ਆ। ਚਲੋ, ਨਿੰਦਣਾ ਤੁਹਾਨੂੰ ਉਹਨਾਂ ਦੀ ਗੱਲ ਮਾੜੀ ਲੱਗੀ ਹੈ, ਚੱਲ ਮੰਨ ਸਕਦੇ ਹਾਂ, ਨਿੰਦੋ ਕੋਈ ਹੱਦ ਤੱਕਣ, ਠੀਕ ਹੈ। ਯਾਰ, ਆਪਣਾ ਆਪ ਹੀ ਆਪਾਂ ਲੋਕ ਜਲੂਸ ਕੱਢੀ ਜਾ ਰਹੇ ਹਾਂ ਪੰਜਾਬੀ ਮਾਂ ਬੋਲੀ ਦਾ। ਪੰਜਾਬੀ ਮਾਂ ਬੋਲੀ ਗਾਲਾਂ 'ਚ ਹੈ,
ਨਹੀਂ ਯਾਰ, ਇਹੋ ਜਿਹੀ ਉਮੀਦ ਨਹੀਂ ਕੀਤੀ ਸੀ। ਉਹ ਬੰਦੇ ਨੇ 40 ਸਾਲ ਤਪੱਸਿਆ ਕੀਤੀ ਹੈ ਪੰਜਾਬੀ ਬੋਲੀ ਦੀ, ਇੰਨਾ ਉਹਨੇ ਪੰਜਾਬੀਅਤ ਲਈ ਕੀਤਾ ਹੈ। ਵੀਰ ਬਹਿ ਕੇ ਗੱਲ ਕਰ ਲਓ, ਲੜਾਈ 'ਚ ਕੁਛ ਨਹੀਂ ਪਿਆ। ਕੱਲ੍ਹ ਇੱਕ ਪੱਤਰਕਾਰ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਗਾ ਕਿਸੇ ਚੈਨਲ ਵਾਲੇ ਦਾ, ਉਹਨੇ ਕੱਟ ਕੇ ਪਾਇਆ ਜੀ ਗੁਰੂ ਸ਼ਬਦ ਦੀ ਬੇਅਦਬੀ ਕੀਤੀ ਗੁਰੂ ਗੋਬਿੰਦ ਸਿੰਘ, ਠੀਕ ਹੈ, ਸ਼ੁਭ ਕਰਮਨ ਸੇ ਕਾਬੂ ਨਾ ਡਰੂੰ। ਉਸ ਤੋਂ ਬਾਅਦ ਬਾਈ ਨੇ ਓਮ ਨਮ ਸ਼ਿਵਾਏ ਸ਼ੁਰੂ ਕਰਤਾ ਕਿ ਗ੍ਰੰਥ ਸਾਹਿਬ ਦੇ ਵਿੱਚ ਸਾਰੀਆਂ ਬਾਣੀਆਂ ਹੈ ਨਹੀਂ ਗੀਆਂ, ਸਾਰੇ ਭਗਤਾਂ ਦੀਆਂ, ਸਾਰੇ ਗੁਰੂਆਂ ਦੀਆਂ ਸਾਰੀਆਂ ਬਾਣੀਆਂ, ਠੀਕ ਹੈ। ਬਾਈ ਨੇ ਗਾਤਾ ਤਾਂ ਤੁਹਾਨੂੰ ਤਰਾਜ ਆ ਗਿਆ, ਬਾਈ ਜੀ ਤੁਹਾਡੇ ਮਗਰ ਕੋਈ ਪਾਵਰ ਕੰਮ ਕਰ ਰਹੀ ਹੈ। ਤੁਸੀਂ ਬਾਈ ਜੀ ਨੂੰ ਕਹਿੰਦੇ ਹੋ ਤੁਹਾਡੇ ਮਗਰ ਹੀ ਸਰਦਾਰ ਹੋ, ਸਰਦਾਰ ਜੀ ਸਾਰਿਆਂ ਦੇ ਕੋਈ ਪਾਵਰ ਕੰਮ ਕਰ ਰਹੀ ਹੈ, ਬਾਈ ਨਾਲ ਨਹੀਂ ਤੁਹਾਨੂੰ ਨਫ਼ਰਤ, ਠੀਕ ਹੈ। ਫਿਰ ਪਿਛਲੇ ਬੜੇ ਸਾਲਾਂ ਤੋਂ ਸੁਣਦੇ ਆ ਰਹੇ ਹਾਂ, ਇੱਕ ਸਰਦਾਰਾਂ ਦਾ ਸਿੱਖਾਂ ਦਾ ਪੁੱਤ ਹੈ, ਉਹ ਕਿਉਂ ਡੇਰੇ ਜਾਂਦਾ? ਉਹ ਯਾਰ ਕਿਹੜੇ ਧਰਮ ਦੇ ਵਿੱਚ ਲਿਖਿਆ ਮੈਨੂੰ ਦੱਸੋ, ਬਾਈ ਜੀ ਦੱਸੋ ਕਿਹੜੇ ਧਰਮ 'ਚ ਲਿਖਿਆ ਵੀ ਤੁਸੀਂ ਕਿਸੇ ਜਗ੍ਹਾ 'ਤੇ ਜਾ ਨਹੀਂ ਸਕਦੇ ਜਾਂ ਕਿਸੇ ਧਰਮ ਨੂੰ ਤੁਸੀਂ ਬਣਾ ਨਹੀਂ ਸਕਦੇ? ਬਾਈ ਜੀ ਵੀ ਇਹ ਗੱਲ ਕਹਿੰਦੇ ਆ ਕਿਤੇ, ਫਿਰ ਵੀ ਜਿਹਦੇ ਰਹਿਣਾ ਪੱਕੇ ਹੋ ਕੇ ਰਹੋ, ਜਿਹਦੇ ਵੀ ਹੋਣਾ ਪੱਕੇ ਹੋ ਕੇ ਰਹੋ, ਸ਼ਰਧਾ ਨਾਲ ਜਾਓ। ਫਿਰ ਤੁਸੀਂ ਕਹਿੰਦੇ ਆ ਜੀ ਬੜੇ ਕਮੈਂਟਾਂ ਦੇ ਵਿੱਚ, ਮੈਨੂੰ ਵੀ ਬਹੁਤ ਮਾੜੇ ਕਮੈਂਟ ਆਉਣਗੇ, ਆ ਵੀ ਰਹੇ ਆ, ਪਹਿਲਾਂ ਵੀ ਮੈਂ ਕਿਸੇ ਨੂੰ ਕਮੈਂਟ ਕਰਦਾ ਮੈਨੂੰ ਪਤਾ, ਠੀਕ ਹੈ, ਇਸ ਟਾਈਮ ਹੀ ਇਹੋ ਜਿਹਾ ਬਹੁਤ ਮਾੜੇ ਕਮੈਂਟ ਕਰ ਰਹੇ ਹਾਂ। ਤੁਸੀਂ ਫਿਰ ਕਹਿੰਦੇ ਆ ਜੀ ਉੱਥੇ ਜਾਂਦਾ ਜਿੱਥੇ ਨਸ਼ਾ ਪ੍ਰਮੋਟ ਹੁੰਦਾ। ਉਹ ਯਾਰ ਕਿਹੜੀ ਵੀਡੀਓ ਆ ਤੁਸੀਂ ਕੱਢ ਕੇ ਦਿਖਾਓ ਜਿੱਥੇ ਮਾਨ ਸਾਹਿਬ ਨੇ ਕਿਹਾ ਵੀ ਆ ਸੇਠ ਕੋਈ ਚਿਲਮ ਜਾਂ ਕੋਈ ਸੂਟਾ ਪੀਓ? ਹਾਂ, ਨਕੋਦਰ 'ਚ ਕੋਈ ਹੋਰ ਡੇਰੇ ਹੋਣਗੇ ਨੇੜੇ ਤੇੜੇ ਹੋਣਗੇ, ਅਸੀਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੇ ਜਿੱਥੇ ਇਹ ਹੋ ਰਿਹਾ ਹੋਊਗਾ, ਪਰ ਨਕੋਦਰ ਸਾਰਾ ਮਾੜਾ ਨਹੀਂ ਗਾ, ਠੀਕ ਹੈ, ਚੰਗੇ ਥਾਂ ਵੀ ਬਥੇਰੇ ਪਏ ਆ। ਬਾਈ ਜੀ ਹੱਥ ਬੰਨ ਕੇ ਬੇਨਤੀ ਹੈ ਸਾਰੇ ਚੈਨਲ ਵਾਲਿਆਂ ਨੂੰ, ਅੱਗ ਨਾ ਫੈਲਾਓ, ਇਹ ਪੰਜਾਬੀ ਅਤੇ ਪੰਜਾਬੀਅਤ ਨੂੰ ਇਕੱਠੇ ਹੋ ਲੈਣ ਦਿਓ। ਜੇ ਤੁਹਾਨੂੰ ਲੱਗਦਾ ਕੋਈ ਸ਼ਬਦ ਨਿਕਲਿਆ ਤਾਂ ਤੁਸੀਂ ਬਹਿ ਕੇ ਉਹਦੇ ਨਾਲ ਗੱਲ ਕਰ ਲਓ ਯਾਰ, ਨਹੀਂ ਇਸ ਤਰ੍ਹਾਂ ਨਾ ਕਰੋ, ਅੱਗ ਨਾ ਫੈਲਾਓ। ਬੜੇ ਪੰਜਾਬ 85-84 ਤੋਂ ਬਾਅਦ ਸ਼ਾਂਤ ਮਾਹੌਲ 'ਚ ਆਇਆ, ਠੀਕ ਹੈ, ਤੁਸੀਂ ਇਹਨੂੰ ਸ਼ਾਂਤ ਹੀ ਰਹਿਣ ਦਿਓ। ਬਾਈ ਜੀ ਤੁਸੀਂ ਤਾਂ ਬਾਹਰ ਬੈਠੇ ਹੋ, ਠੀਕ ਹੈ, ਤੁਹਾਡੇ ਉੱਤੇ ਤਾਂ ਬੜੇ ਕਾਨੂੰਨ ਲਾਗੂ ਹੁੰਦੇ ਆ, ਮਰਨਗੇ ਇੱਥੇ ਪੰਜਾਬੀ। ਇਸ ਪੰਜਾਬ ਬਾਰੇ ਤੁਸੀਂ ਹਮੇਸ਼ਾ ਹੀ ਜੇ ਸੋਚਦੇ ਹੋ, ਮੈਨੂੰ ਪਤਾ ਤੁਸੀਂ ਸੋਚਦੇ ਹੋ ਪੰਜਾਬ ਬਾਰੇ, ਬਹੁਤ ਕੁਛ ਕਰ ਰਹੇ ਹੋ ਪੰਜਾਬ ਵਾਸਤੇ, ਅਤੇ ਜੇ ਤੁਸੀਂ ਇੰਨਾ ਕੁਛ ਕਰ ਰਹੇ ਹੋ ਤਾਂ ਪੰਜਾਬ ਲਈ ਇਹ ਅੱਗ 'ਤੇ ਪਾਣੀ ਪਾ ਦਿਓ। ਸਤਿ ਸ਼੍ਰੀ ਅਕਾਲ ਸਾਰੇ ਪੰਜਾਬੀ ਵੀਰ।